जट चढ़े अक चेहरी बल्ले वही बल्ले मैनू नोट वखा मेरा मूड बने मैनू सुती पई नू जगाउना है फिर आप भी सुता रहना है वे गुजरा तेरी खैर होवे मैनू धरती कली करा दे जट चढ़े अक चेहरी इधरों दी लंघ जा असा तेरी गल करनी आहू 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 असा तेरी गल करनी है डैडी नाल उर आ जा तू भी नंग जा आओ पर मर थले देन लगा सी तू यार उरा मर तू भी नंग जा आहू आहू पी आहू 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 अंग अंग फड़ के मेरा हो ओ ओ चल गया जादू तेरा फिर तो दुपट्टा ले गया कर लो मसीकियां ओए अन्ने होया तुसी ओए ताडी इन्नी जरूरत मेरे खलोतियां गड्डियां मारतियां जे ਮੈਨੂੰ ਪਾਗਲ ਹੋ ਗਏ ਜੇ ਇੰਸਪੈਕਟਰ ਕਾਲੇ ਦਾ ਡਰ ਹੀ ਲਾਤਾ ਇਸ ਸ਼ਹਿਰ ਨੇ ਹਾਂ ਬੀਬੀ ਤੈਨੂੰ ਕੋਈ ਨਹੀਂ ਲੱਭਦਾ ਤੇ ਤੂੰ ਮੇਰੇ ਜੇ ਮਾਰ ਦੇ ਗੱਡੀ ਇੱਥੇ ਖਲੋ ਜਾ ਤੁਸੀਂ ਮੈਂ ਆਉਣਾ ਹਾਂ ਬਈ ਠੀਕ ਆ ਤੂੰ ਮੱਚ ਗਿਆ ਭਾਈ ਦਸਾਂ ਮਿੰਟਾਂ 'ਚ ਅਸੀਂ ਗੇਟ ਤੇ ਪਹੁੰਚ ਰਹੇ ਹਾਂ ਲੈ ਬਈ ਪੱਟੀ ਮੈਨੂੰ ਤੇਰੇ ਵਰਗਾ ਹੀ ਸੁੱਚਾ ਤੇ ਬਹਾਦਰ ਗਾਰਡ ਚਾਹੀਦਾ ਸੀ ਤੇ ਇਸ ਮੁਲਕ ਨੂੰ ਤੁਹਾਡੇ ਵਰਗਾ ਲੀਡਰ ਚਾਹੀਦਾ ਹੈ ਮਿਹਰਬਾਨੀ ਪੱਟੀ ਮੰਗਦਾ ਰਹੋ ਮੇਰਾ ਮਤਲਬ ਕਿ ਜਿੰਦਾ ਰਹੋ ਮੈਂ ਕਹਿੰਦੀ ਕਾਲਿਆ ਸਾਡੇ ਹੱਥ ਖੋਲ ਦੇ ਤੂੰ ਇਹ ਸਾਡੇ ਪਿਓ ਨੂੰ ਜਾਣਦਾ ਨਹੀਂ ਕੀ ਲੱਸੀ ਮਸ਼ਹੂਰ ਆ ਉਹਦੀ ਗੱਡੀ ਦੇ ਕਾਗਜ਼ ਤੇ ਤੇਰੇ ਕੋਲ ਹੈ ਕੋਈ ਨਹੀਂ ਉੱਤੋਂ ਗੱਡੀ ਦੀ ਛੱਤ ਲਾ ਕੇ ਵੀ ਵੇਚ ਆਈਆਂ ਜੇ ਅਸੀਂ ਚੋਰ ਨਾ ਤੇ ਹੋਰ ਕੀ ਤੁਸੀਂ ਦਿਲ ਦੀਆਂ ਡਾਕਟਰ ਜੇ ਇਹ ਤੁਹਾਡੀ ਗੱਡੀ ਵੀ ਬੰਦ ਹੋਣੀ ਤੇ ਤੁਸੀਂ ਵੀ ਵੇ ਚੱਲ ਚੱਠੂ ਜਿਹਾ ਉਹ ਚੱਲ ਟੈਂਕੀ ਜਿਹੀ ਰੁਪਈਆ 100 ਲੈਣਾ ਤੇ ਮੇਰੇ ਹੱਥ ਖੋਲ ਦੇਵਾ ਤੇਰਾ ਖਿਆਲ ਆ ਕਿ ਮੈਂ ਪੰਜਾਵਾਂ ਚ ਲੰਮੇ ਪਾਈਆਂ ਨੇ ਹੈਲੋ ਉਹ ਕਿੱਧਰ ਮਰਿਆ ਭੱਟੀ ਇੱਧਰ ਮੈਂ 2 ਬੱਚੀਆਂ ਦਾ ਚਲਾਨ ਕੀਤਾ ਸੀ ਮੈਂ ਕਹਿੰਦਾ ਕਮਾਲ ਦੀਆਂ ਬੱਚੀਆਂ ਨੇ ਕਾਲੇ ਜ਼ਰਾ ਠਹਿਰ ਕੇ ਫੋਨ ਕਰੀ ਮੈਂ ਟਵਾਣਾ ਸਾਹਿਬ ਦੇ ਨਾਲ ਜਾ ਰਿਹਾ ਓਏ ਇਹਨੂੰ ਚੱਲਦੀ ਗੱਡੀ 'ਚ ਧੱਕਾ ਦੇ ਟਵਾਣੇ ਨੂੰ ਆ ਜਾ ਮਜ਼ੇ ਲਈਏ ਕਾਲੇ ਬੜੀ ਅਹਿਮ ਮੀਟਿੰਗ ਆ ਮੈਨੂੰ ਲੱਗ ਗਈ ਬੇੜਾ ਸਮਝ ਸਿਰਫ ਇੱਕ ਨਾਨ ਤੇ ਬੋਟੀ ਵਾਸਤੇ ਤੂੰ ਜਾ ਰਿਹਾ ਉਹ ਚੱਲ ਬੰਦ ਕਰ ਫੋਨ ਤੂੰ ਘੰਟਾ ਘਰ ਆਉਣਾ ਵਾ ਕਿ ਨਹੀਂ ਜਿੱਦਾਂ ਦੀ ਸ਼ਕਲ ਆ ਉਦਾਂ ਦੀਆਂ ਗੱਲਾਂ ਨਾ ਕਰੀ ਜਾ ਕਾਲੇ ਭੱਟੀ ਯਕੀਨ ਕਰ ਇਹੋ ਜੀਆਂ ਟੌਰੀ ਬੱਚੀਆਂ ਨੇ ਕਿ ਤੁਹਾਡੀਆਂ ਵੀ ਕੀ ਹੋਣੀਆਂ ਭੱਟੀ ਅੰਮੀ ਤੁਹਾਨੂੰ ਸਲਾਮ ਕਹਿੰਦੀ ਸੀ ਸਟੇਟ ਲਾਈਫ ਬਿਲਡਿੰਗ ਚਨਿਓਟ ਬਾਜ਼ਾਰ ਦੋਸਤੋ ਬਜ਼ੁਰਗੋ ਭਾਈਓ ਮੇਰੀ ਗੱਲ ਗੌਰ ਨਾਲ ਸੁਣਨਾ ਖਾਪਣਾ ਪਾਈਓ ਜਿੱਦਾਂ ਕਿ ਤੁਹਾਨੂੰ ਪਤਾ ਅੱਜ ਕੱਲ ਖੁਦਕਸ਼ ਹਮਲੇ ਮਿੱਟੀ ਦੇ ਗਮਲੇ ਬੜੇ ਆਮ ਹੋ ਗਏ ਨੇ ਇਹ ਕਿਹੜੇ ਲੋਕ ਨੇ ਤੇ ਕਿੱਥੋਂ ਆ ਗਏ ਨੇ ਇਹ ਮਰਨ ਜੋਗੇ ਇਹਨਾਂ ਦੀ ਆਪਣੀ ਜੇਬੀ 'ਚ ਚੱਲ ਜਾਵੇ ਇਹਨਾਂ ਦਾ ਹੀ ਬੰਬ ਇਹਨਾਂ ਦੇ ਚਿਹਰੇ ਤੋਂ ਨਕਾਬ ਹਟਾਉਣ ਵਾਸਤੇ ਸਾਡੀ FBI ਟੀਮ ਦੇ ਸਪੈਸ਼ਲ ਆਫਿਸਰ ਜਨਾਬ ਟਵਾਣਾ ਸਾਹਿਬ ਇਹਨਾਂ ਲੁਕੇ ਹੋਏ ਗਰੁੱਪਾਂ ਦਾ ਸਾਨੂੰ ਅੱਜ ਕੋਈ ਪਤਾ ਟਿਕਾਣਾ ਦੇਣਗੇ ਇਹ ਬੰਦਾ ਸਹੀ ਹੈ ਸ਼ੁਕਰੀਆ ਸਰ ਬਾਅਦ ਚ ਕਰੀ ਪਹਿਲੇ ਕੰਮ ਦੀ ਗੱਲ ਕਰ ਲੈ ਅੱਛਾ ਤੁਸੀਂ ਤਾਂ ਦਵਾ ਹੋਵੋ ਮੇਰੇ ਦੋਸਤੋ ਮੇਰੇ ਪੇਟੀ ਭਰਾਵੋ ਅੱਜ ਮੈਂ ਤੁਹਾਨੂੰ ਇੱਕ ਐਸੇ ਗਰੁੱਪ ਦੇ ਬਾਰੇ ਚ ਦੱਸਾਂਗਾ ਜਿਹੜਾ ਕਿ ਆਲੂ ਦੇ ਵਿੱਚ ਪਟਾਸ ਭਰ ਕੇ ਸਾਡੇ ਮੁਲਕ ਦੇ ਵਿੱਚ ਅੰਨੀ ਪਾਈ ਜਾ ਰਿਹਾ ਹੈ ਤੇ ਤੜਫਾਈ ਜਾ ਰਿਹਾ ਹੈ ਕੋਈ ਇਧਰੋਂ ਆਈ ਜਾ ਰਿਹਾ ਹੈ ਕੋਈ ਉਧਰੋਂ ਆਈ ਜਾ ਰਿਹਾ ਹੈ ਇਹ ਕਿਹੜੇ ਲੋਕ ਨੇ